ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਨੂੰ ਦੱਸੂਗੀ ਬਹੁਤ ਹੀ ਵਧੀਆ ਤੇ ਕੰਮ ਆਉਣ ਵਾਲੀ ਚੀਜ਼ ਜਿਵੇਂ ਕਿ ਆਪਣੇ ਕੋਲ ਛੋਟੀਆਂ ਛੋਟੀਆਂ ਉੰਨਾ ਬਚ ਜਾਨੀ ਹੈ ਆਪਾਂ ਸਰਦੀਆਂ ਵਿੱਚ ਕੋਟੀਆਂ ਸਵਟਰ ਬੁੰਨਦੇ ਹਾਂ ਛੋਟੀਆਂ ਛੋਟੀਆਂ ਉੰਨਾ ਜਿਵੇਂ ਇਸ ਤਰ੍ਹਾਂ ਗੋਲੇ ਬਚ ਜਾਂਦੇ ਆ ਆਪਣੇ ਕੋਲ ਉਹਨਾਂ ਤੋਂ ਆਪਾਂ ਬਣਾਵਾਂਗੇ ਇਸ ਤਰ੍ਹਾਂ ਦੀ ਜਰਾਬ ਇਹ ਜਿਹੜਾ ਆ ਵਾ 7 ਨੰਬਰ ਦੀ ਬਣਾਈ ਹੈ ਜੀ ਮੈਂ ਜਿਨ੍ਹਾਂ ਦੇ 7 ਨੰਬਰ ਦੀ ਜੁੱਤੀ ਆਉਂਦੀ ਹੈ ਇਹਦੇ ਵਿੱਚ ਮੈਂ ਲਾਈਆਂ ਦੋ ਕਲਰ ਜੇ ਤੁਹਾਡੇ ਕੋਲ ਦੋ ਕਲਰ ਜ਼ਿਆਦਾ ਘੱਟ ਹੈ ਤਾਂ ਤੁਸੀਂ ਇਹਦੇ ਵਿੱਚ ਜ਼ਿਆਦਾ ਕਲਰ ਵੀ ਲਾ ਸਕਦੇ ਆ ਤਿੰਨ ਚਾਰ ਕਲਰਾਂ ਦੀ ਵੀ ਬਣਾ ਸਕਦੇ ਆ ਜਿਵੇਂ ਮੈਂ ਇਹਦੇ ਵਿੱਚ ਇੱਕ ਇੱਕ ਲਾਈਨ ਪਾਈ ਹੋਈ ਹੈ ਇੱਕੋ ਇੱਕ ਰੰਗ ਮੈਂ ਕਰੀਮ ਪਾਇਆ ਵਾ ਤੇ ਇੱਕ ਆਹ ਪਾਇਆ ਵਾ ਤੁਸੀਂ ਇਹਦੀ ਜਗ੍ਹਾ ਹੋਰ ਕਲਰ ਵੀ ਲਾ ਸਕਦੇ ਆ ਇੱਕ ਕਦਰ ਇਹ ਲਾ ਲਿਆ ਫਿਰ ਕਰੀਮ ਲਾ ਲਿਆ ਉਸ ਤੋਂ ਬਾਅਦ ਹੋਰ ਕਲਰ ਲਾ ਕੇ ਫਿਰ ਕਰੀਮ ਕਲਰ ਲਾ ਕੇ ਇਸ ਤਰ੍ਹਾਂ ਆਪਾਂ ਇਹਨੂੰ ਬਣਾ ਸਕਦੇ ਹਾਂ ਮੈਂ ਇਹਦੇ ਵਿੱਚ ਆਹ ਡਿਜ਼ਾਈਨ ਪਾਇਆ ਹੋਇਆ ਹੈ ਸੈਂਟਰ ਵਿੱਚ ਜਦੋਂ ਜਾਨ ਇਹਦੇ ਚ ਪਾਇਆ ਹੀ ਹੋਰ ਜਗ੍ਹਾ ਵੀ ਪਾ ਸਕਦੇ ਆ ਤਿੰਨ ਚਾਰ ਜਗ੍ਹਾ ਪਰ ਮੈਂ ਇਹ ਇੱਕੋ ਜਗ੍ਹਾ ਪਾਇਆ ਸਰਦੀਆਂ ਵਿੱਚ ਬਹੁਤ ਕੰਮ ਆਉਣ ਵਾਲੀ ਚੀਜ਼ ਹੈ ਇਹ ਆਪਣੇ ਇਹ 7 ਨੰਬਰ ਵਾਸਤੇ ਹੈ ਜੀ ਜਿਨ੍ਹਾਂ ਦੇ 7 ਨੰਬਰ ਦੀ ਜੁੱਤੀ ਆਉਂਦੀ ਹੈ ਇਹਦੇ ਵਾਸਤੇ ਮੈਂ ਪਾਏ ਆ 98 ਗੁੰਡੇ ਚਲੋ ਜੀ ਹੁਣ ਆਪਾਂ ਪਾਉਨੇ ਆ ਗੁੰਡੇ ਇਹਦੀ ਆ ਚੀਜ਼ ਹੈ ਜਿਹੜੀ ਆਪਾਂ ਬਣਾਵਾਂਗੇ ਪਹਿਲਾਂ ਉਹਨਾਂ ਹੈਗੀਆਂ ਜੀ ਇਸ ਤਰ੍ਹਾਂ ਦੀ ਬਰੀਕ ਜੇ ਆਪਣੇ ਕੋਲ ਉਹਨਾਂ ਥੋੜੀ ਜੀ ਮੋਟੀ ਹੈ ਤਾਂ ਆਪਾਂ ਉਸੇ ਹਿਸਾਬ ਨਾਲ ਇਹਦੇ ਕੁੰਡੇ ਘਟਾਵਦਾ ਸਕਦੇ ਹਾਂ ਬਰੀਕ ਉਹਨਾਂ ਦੇ ਥੋੜੇ ਜੇ ਵੱਧ ਪਾ ਲਓ ਜੇ ਆਪਣੇ ਕੋਲ ਮੋਟੀ ਉਹਨਾਂ ਤਾਂ ਉਹਦੇ ਥੋੜੇ ਜੇ ਘੱਟ ਪਾ ਲਓ ਗੁੰਡੇ ਜਦ ਵੀ ਪਾਉਣੇ ਆ ਜੀ ਕੈਰੀ ਉਹਨਾਂ ਦੇ ਪਾਉਣੇ ਇਹਨੂੰ ਆਪਾਂ ਧੂਰੀ ਨਹੀਂ ਕਰਨਾ ਕਿਉਂਕਿ ਇਹਦੇ ਥੱਲੇ ਇਸ ਤਰ੍ਹਾਂ ਸਲਾਈ ਲੱਗਣੀ ਆ ਜੇ ਆਪਾਂ ਮੋٹے ਗੁੰਡੇ ਪਾਉਂਗੇ ਤਾਂ ਇਹ ਪੈਰ ਵਿੱਚ ਚੂਹੂਗੀ ਆਪਣੇ ਗੁੰਡੇ ਆਪਾਂ ਇਸ ਤਰ੍ਹਾਂ ਸਿੰਪਲੇ ਪਾਉਣੇ ਆ ਇਹਦੇ ਵਿੱਚ ਬਹੁਤੇ ਜ਼ਿਆਦਾ ਇਹਨਾਂ ਨੂੰ ਕਸਣਾ ਨਹੀਂ ਢਿੱਲੇ ਹੀ ਛੱਡਣਾ ਥੋੜੇ ਜਿਹੀ ਜਿਹੜੀ ਆ ਚੀਜ਼ ਆ ਇਹ ਬਹੁਤੀ ਕਸਣੀ ਨਹੀਂ ਕਿਉਂਕਿ ਜਦ ਆਪਾਂ ਸਲਾਈ ਕਰੂਗੇ ਫਿਰ ਇਹ ਥੋੜਾ ਜਿਹਾ ਇਹਦੇ ਵਿੱਚ ਗੋਝਾ ਪੈਣ ਲੱਗ ਜਾਂਦਾ ਇਹਨੂੰ ਥਿੱਲਾ ਹੀ ਰੱਖੋ ਫਿਰ ਇਹਦੀ ਸਲਾਈ ਇਸ ਤਰ੍ਹਾਂ ਬਹੁਤ ਵਧੀਆ ਆਉਂਦੀ ਹੈ ਇਹਦੇ ਕੁੰਡੇ ਪਾ ਕੇ ਮੈਂ ਫਿਰ ਤੁਹਾਨੂੰ ਦੱਸਦੀ ਆ ਕਿ ਕਿਵੇਂ ਆਪਾਂ ਨੇ ਇਹਨੂੰ ਸ਼ੁਰੂ 98 ਕੁੰਡੇ ਮੈਂ ਪਾ ਲਈਏ ਇਹਦੇ ਹੁਣ ਆਪਾਂ ਕਰੂਗੇ ਇਹਨੂੰ ਸ਼ੁਰੂ ਬੁਣਨਾ ਬੁਣਨਾ ਇਹਨੂੰ ਆਪਾਂ ਨੇ ਉਲਟਾ ਉਲਟਾ ਹੀ ਹੈ ਸਿੱਧੇ ਪਾਸੇ ਤੋਂ ਵੀ ਉਲਟੇ ਪਾਸੇ ਤੋਂ ਵੀ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਦੀ ਉਲਟੀ-ਉਲਟੀ ਪਾ ਲੰਨੇ ਆ ਉਲਟੀ ਸਲਾਈ ਆਪਾਂ ਸਾਰੀ ਇਹਦੀ ਪਾ ਲਈ ਹੁਣ ਆਪਾਂ ਆਗੇ ਸਿੱਧੀ ਸਲਾਈ ਤੇ ਸਿੱਦੇ ਪਾਸੇ ਤੋਂ ਵੀ ਇਹਨੂੰ ਇਸ ਤਰ੍ਹਾਂ ਹੀ ਉਲਟਾ ਹੀ ਬੁਣਨਾ ਹੈ ਦੋਨੋਂ ਪਾਸਿਆਂ ਤੋਂ ਇਹਨੂੰ ਉਲਟਾ-ਉਲਟਾ ਬੁਣ ਕੇ ਐ ਇਸ ਤਰ੍ਹਾਂ ਬਣਾ ਲੈਣਾ ਇਹਦੀਆਂ ਮੈਂ ਇਹ 8 ਸਲਾਈਆਂ ਪਾ ਲਈਆਂ ਮੈਂ 1 2 3 4 5 6 7 8 8 ਇੱਧਰੋਂ ਤੇ 8 ਪੁੱਠੇ ਪਾਸੇ ਤੋਂ ਉਸ ਤੋਂ ਬਾਅਦ ਆਪਾਂ ਨੇ ਇਹਦਾ ਕਲਰ ਚੇਂਜ ਕਰਨਾ ਹੈ 8 ਸਲਾਈਆਂ ਮੈਂ ਇਹਦੀਆਂ ਬਣਾ ਲਈਆਂ ਹੁਣ ਮੈਂ ਤੁਹਾਨੂੰ ਦੱਸਦੀ ਆ ਅੱਗੇ ਇਹਦਾ ਕਲਰ ਲਾਉਣਾ ਆਪਾਂ ਦੂਜਾ ਉਲਟੇ ਪਾਸੇ ਤੋਂ ਆਪਾਂ ਇਹਨੂੰ ਸ਼ੁਰੂ ਕਰੂੰਗੇ ਆ ਕਲਰ ਲਾ ਕੇ ਫਿਰ ਮੈਂ ਅਗਲੀ ਸਲਾਈ 'ਚ ਤੁਹਾਨੂੰ ਦੱਸੂੰਗੀ ਇਹਦਾ ਡਿਜ਼ਾਈਨ ਆ ਜਿਹੜਾ ਆਪਾਂ ਕਿਵੇਂ ਪਾਉਣਾ ਹੈ ਜਦ ਆਪਾਂ 2 ਜਾਂ 3 ਕਲਰ ਦੀ ਕੋਈ ਵੀ ਆਪਾਂ ਡਿਜ਼ਾਈਨ ਵਿੱਚ ਵਰਤੋਂ ਕਰਦੇ ਆ ਤਾਂ ਹਮੇਸ਼ਾ ਉਹਦਾ ਧਾਗਾ ਜਿਹੜਾ ਉਲਟੇ ਪਾਸੇ ਤੋਂ ਆਪਾਂ ਸ਼ੁਰੂ ਕਰਦੇ ਆ ਕਿਉਂਕਿ ਇਹਨੂੰ ਆਪਾਂ ਸਾਰੀ ਨੂੰ ਉਲਟਾ-ਉਲਟਾ ਹੀ ਬੁਣਨਾ ਹੈ ਇਹਦੇ ਕਰਕੇ ਆਪਾਂ ਨੇ ਇਹਨੂੰ ਉਲਟੇ ਪਾਸੇ ਤੋਂ ਹੀ ਰੰਗ ਨੂੰ ਸ਼ੁਰੂ ਕਰਨਾ ਚਾਹੀਦਾ ਵੀ ਕਰਨਾ ਹੈ ਸਾਰੀ ਸਲਾਈ ਆਪਾਂ ਨੇ ਇਹਦੀ ਉਲਟੀ ਉਲਟੀ ਪਾ ਲੈਣੀ පාගේ සිද්ධි লাයිත සිද්ධ සයින ටाइ ਇਹ ਆਪਾਂ ਹੁਣ ਸਾਰੀ ਸਲਾਈ ਨਹੀਂ ਬੁਣਨੀ ਆਪਾਂ ਅੱਧਾ ਤੱਕ ਬੁਣਨੀ ਹੈ ਅੱਧ ਦੇ ਵਿੱਚ ਇਹਦੇ ਮੈਂ ਪਾਉਣਾ ਡਿਜ਼ਾਈਨ ਅੱਧੇ ਕੁੰਡੇ ਆਪਣੇ ਇੱਧਰ ਅੱਧੇ ਇੱਧਰ ਹੁਣ ਆਪਾਂ ਨੇ 2 ਕੁੰਡੇ ਤਾਂ ਲੈ ਲੈਣੇ ਇੱਧਰੋਂ 4 ਕੁੰਡਿਆਂ ਚ ਡਿਜ਼ਾਈਨ ਬਣਨਾ ਇਹ 2 ਆਪਾਂ ਇੱਧਰੋਂ ਰੱਖੋਗੇ ਤੇ 2 ਰਲ ਆਉਂਗੇ ਇੱਧਰੋਂ 4 ਕੁੰਡਿਆਂ ਚ ਆਪਣੇ ਬਣੂਗਾ ਡਿਜ਼ਾਈਨ ਡਿਜ਼ਾਈਨ ਆਪਾਂ ਕੋਈ ਵੀ ਬਣਾ ਸਕਦੇ ਹਾਂ ਪਰ ਮੈਂ ਇਹ ਬਣਾਇਆ ਤੁਸੀਂ ਇਹ ਪਾਉਣਾ ਚਾਹੁੰਦੇ ਤਾਂ ਇਹ ਪਾ ਸਕਦੇ ਆ ਪਹਿਲਾਂ ਆਪਾਂ ਆਹ ਕੁੰਡਾ ਬਣ ਲੈਣੇ

ਉਲਟੇ ਪਾਸੇ ਤੋਂ ਇਹਨੇ ਉਲਟਾਈ ਬਣ ਹੋਣਾ ਹੁਣ ਅੱਗੇ ਆਪਾਂ ਨੇ ਫੇਰ ਧਾਗਾ ਘਮਾ ਕੇ ਸਾਰੀ ਚਲਾਈ ਪਾ ਲੈਣੀ ਆਪਾਂ ਨੇ ਉਲਟੀ ਉਲਟੀ ਸਲਾਈ ਜੇ ਆਪਾਂ ਨੇ ਧਾਗਾ ਰੰਗ ਆ ਜਿਹੜਾ ਦੂਜਾ ਜੋੜੀ ਜਾਣਾ 1 2 3 4 5 6 ਛੇ ਸਲਾਈਆਂ ਜਿਹੜੀਆਂ ਇਹ ਮੈਂ ਦੂਜੇ ਕਲਰ ਦੀਆਂ ਪਾਆਂੀਆਂ ਵੀ ਆ ਤੇ ਪੰਜ ਹੈਗੀਆਂ ਆਪਣੀਆਂ ਇਹ ਕਰੀਮ ਦੀਆਂ 12 11 ਸਲਾਈਆਂ ਪਾ ਕੇ ਫਿਰ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਇਹਦਾ ਕਿਵੇਂ ਇਹਦੀ ਆਪਾਂ ਜਿਹੜੀ ਇਹ ਕਾਰਟ ਹੈ ਕਿਵੇਂ ਪਾਉਣੀ ਆ ਫਿਰ ਆਪਾਂ ਆਹ ਕਾਰਟ ਪਾਉਂਗੇ ਉੱਪਰ ਜਿਹੜੀ ਇਹ ਦੋ ਸਲਾਈਆਂ ਚ ਪੈਂਦੀ ਹੈ ਫਿਰ ਆਪਾਂ ਦੇਖਦੇ ਜਿਹੜਾ ਡਿਜ਼ਾਈਨ ਆ ਉਹ ਵੀ ਫਿਰ ਆਪਾਂ ਇੱਥੋਂ ਬੰਦ ਕਰ ਦੇਣਾ ਇੱਥੋਂ ਸ਼ੁਰੂ ਪਰਿਆ ਇੱਥੇ ਬੰਦ ਕਰ ਦੇਣਾ ਆਪਾਂ ਇਨੂੰ ਆਪਾਂ ਤਲਾ ਵੀ ਲਵਾ ਸਕਦੇ ਹਾਂ ਜੇ ਲਵਾਉਣਾ ਹੋਵੇ ਹੁਣ ਮੈਂ ਤੁਹਾਨੂੰ ਆ ਜਿਹੜੀਆਂ 11 ਸਲਾਈਆਂ ਪੰਨੀਆਂ ਹੋਈਆਂ ਇਹ ਪਾ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਅੱਗੇ ਕਿਵੇਂ ਇਹਨੂੰ ਆਪਾਂ ਨੇ ਕੰਢਾਉਣਾ ਆ ਆ ਦੇਖੋ ਜੀ ਹੁਣ ਮੈਂ ਇਹਦੇ ਇੰਨੀਆਂ ਸਲਾਈਆਂ ਜਿੰਨੀਆਂ ਮੈਂ ਪਾਉਣੀਆਂ ਸੀ ਉਹ ਪਾ ਲਈਆਂ अठ सिलाइया मैं पहला यहां पाइं ग्यारह सिलाइया दोन रंग दाइया छे ग्रीन कलर दिया हो गई तो पाँच सिलाइया हो गई है कपासे ना अगे शुरू कर दे जोड़ा आह कलर है हूँ आपने ये बंद कर देना ਇਹ ਨੂੰ ਪਤਾ ਅੱਗੇ ਨੂੰ ਕੱਟ ਦਿੰਨੇ ਆ ਜਿਹੜੀਆਂ ਹੁਣ ਹੈ ਉੱਪਰਸਾਂ ਲਾਈਆਂ ਪਹਿਣੀਆਂ ਦੋ ਤਿੰਨ ਇੱਕੋ ਕਲਰ ਦੀਆਂ ਪਹਿਣੀਆਂ ਆ ਡਿਜ਼ਾਈਨ ਵੀ ਬੰਦ ਹੋ ਜਾਣਾ ਹੁਣ ਆ ਜਿਹੜਾ ਆਪਾਂ ਨੇ ਕੁੰਡੇ ਘਟਾਉਣੇ ਆ ਮੈਂ ਹੁਣ ਤੁਹਾਨੂੰ ਦੱਸ ਦਗੀ ਕਿਵੇਂ ਘਟਾਉਣੇ ਆ ਇਹ ਜਿਹੜਾ ਬਥੋੜੀ ਜੀ ਉਨਨ ਵਾਲੇ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਬਹੁਤ ਜ਼ਿਆਦਾ ਉਨਨੀ ਇਹਨੂੰ ਲੱਗਦੀ ਬਸ ਇਹੀ ਧਿਆਨ ਰੱਖਣਾ ਜੇ ਉਨ ਨਬਰੀਕ ਹੈ ਤਾਂ ਕੁੰਡੇ ਆਪਣੇ ਥੋੜੇ ਜੇ ਵੱਧ ਪਾ ਲਓ ਜੇ ਉਨ ਮੋਟੀ ਹੈ ਤਾਂ ਥੋੜੇ ਜੇ ਘੱਟ ਪਾ ਲਓ ਹੁਣ ਮੈਂ 29 ਕੁੰਡੇ ਇੱਧਰ ਰੱਖੇ ਆ ਜੀ ਤੇ 29 ਕੁੰਡੇ ਮੈਂ ਇੱਧਰ ਰੱਖੇ ਆ 40 ਕੁੰਡੇ ਰਹਿ ਗਏ ਇਹਦੇ ਬਚਾ ਲੈ ਆਪਾਂ ਨੇ ਇਹਨੂੰ ਲਈ ਨਿਸ਼ਾਨੀ 29 ਗੁੰਡਿਆਂ ਨੂੰ ਇੱਧਰ ਇਹਦੇ 'ਚ ਕਰਦੇ ਹਾਂ ਹੁਣ ਆਪਾਂ ਨੇ ਜਿਹੜੀ ਇਹ ਬਚਾਲ ਲਈ ਗੁੰਡੇ ਆਪਣੇ 40 ਇਹਨਾਂ ਨੂੰ ਆਪਾਂ ਨੇ 2-2 ਦਾ ਇੱਕ-ਇੱਕ ਬਣਾ ਦੇਣਾ 40 ਤੋਂ ਆਪਣੇ ਇਹ 20 ਗੁੰਡੇ ਰਹਿ ਜਾਣਗੇ ਤਾਰੇ ਕੁੰਡੇ ਆਪਾਂ ਨੇ 2 2 ਦੇ 1 1 ਬਣਾ ਦੇਣਾ ਇੱਥੇ ਤੱਕ ਆਪਾਂ ਨੇ ਬੁਣ ਲਿਆ ਇਹਨੂੰ ਇਹ 40 ਕੁੰਡਿਆਂ ਤੋਂ ਆਉਣੇ 20 ਰਹਿ ਗਏ ਆ ਜਿਹੜਾ ਆਪਣਾ ਹੁਣ ਆਪਾਂ ਨੇ ਨਿਸ਼ਾਨੀ ਵਾਸਤੇ ਲਾਇਆ ਹੋਇਆ ਉਹਨੂੰ ਆਪਾਂ ਨੇ ਇੱਧਰ ਪਾ ਲੈਣਾ ਕੱਢ ਕੇ ਇੱਧਰ 29 ਕੁੰਡੇ ਆਪਾਂ ਨੇ ਆਪਣੇ ਫੇਰ ਉਲਟੇ ਬੁਣ ਲੈਣੇ ਜੇ ਆਪਣੇ ਕੋਲ ਇਸ ਤਰ੍ਹਾਂ ਕੋਈ ਮਾਰਕਾ ਨਹੀਂ ਹੈਗਾ ਤਾਂ ਆਪਾਂ ਨੇ ਕੀ ਕਰਨਾ ਕੋਈ ਵੀ ਆਪਣਾ ਰੰਗਦਾਰ ਧਾਗਾ ਲੈ ਲੈਣਾ ਉਹਨੂੰ ਇਸ ਤਰ੍ਹਾਂ ਗੱਠ ਲਾ ਕੇ ਕਿਉਂਕਿ ਕਈ ਵਾਰੀ ਆਪਣੇ ਕੋਲ ਨਹੀਂ ਵੀ ਚੀਜ਼ ਹੁੰਦੀ ਇੱਕ ਤਰ੍ਹਾਂ ਆਪਾਂ ਇਹਦਾ ਕੰਮ ਆਪਾਂ ਸਾਰ ਲੈਣਾ ਆਪਾਂ ਨਿਸ਼ਾਨੀਆਂ ਲਾਉਣੀ ਆ ਹੋਰ ਰੰਗ ਦਾ ਧਾਗਾ ਲੈ ਕੇ ਇਸ ਤਰ੍ਹਾਂ ਨਿਸ਼ਾਨੀਆਂ ਆਪਾਂ ਨੇ ਬਣਾ ਲੈਣੀਆਂ ਜੇ ਆਪਣੇ ਕੋਲ ਇਸ ਤਰ੍ਹਾਂ ਹੈਗਾ ਸੇਫਟੀ ਪਿੰਨ ਤਾਂ ਆਪਾਂ ਇਹ ਲਾ ਲੈਣਾ ਜੇ ਹੁਣ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਜੀ ਕਰਿਆ ਤਾਂ ਜ਼ਰੂਰ ਕਰ ਲਿਓ ਘੰਟੀ ਦਾ ਬਟਨ ਵੀ ਦਬਾ ਦਿਓ ਵੀਡੀਓ ਨੂੰ ਮੇਰੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਾਂ ਵੀ ਪੂਰੀ ਸਲਾਈ ਪਾ ਲਈ ਆ ਦੂਜਾ ਰੰਗ ਆਪਾਂ ਨੇ ਇੱਥੋਂ ਧਾਗਾ ਕੱਟਤਾ ਆਪਣਾ ਹੁਣ ਆਪਾਂ ਨੇ ਇਹ ਰੰਗ ਨਾਲੇ ਪਾਉਣੀਆਂ ਜਿਹੜੀਆਂ ਦੋ ਤਿੰਨ ਸਲਾਈਆਂ ਪਾਉਣੀਆਂ ਹੁਣ ਉਲਟੇ ਪਾਸੇ ਆ ਕੇ ਆਪਾਂ ਉਲਟੇ ਪਾਸੇ ਆਪਾਂ ਨੇ ਕੋਈ ਵੀ ਉਲਟੀ ਸਲਾਈ ਆਪਾਂ ਨੇ ਇਹਦੀ ਸਾਰੀ ਉਲਟੀ ਉਲਟੀ ਪਾਉਣੀ ਆ ਕੋਈ ਗੁੰਡਾ ਇਹਦੇ ਚ ਘਟਾਉਣਾ ਵਧਾਉਣਾ ਨਹੀਂ ਇਹ ਜਿਹੜੇ 29 ਗੁੰਡੇ ਆਪਾਂ ਨੇ ਸਾਈਡ ਤੇ ਰੱਖੇ ਹੋਏ ਆ ਫੇਰ ਅਸਤਾਈਂ ਆਪਾਂ ਨੇ ਇੱਧਰ ਇਹਨੂੰ ਪਲਟੀ ਕਰ ਦੇਣਾ ਬਚਾਲਲੇ ਗੁੰਡੇ ਵੀ ਆਪਾਂ ਨੇ ਸਾਰੇ ਉਲਟੇ ਉਲਟੇ ਮੋੜ ਲੈਣੇ ਇੱਧਰ ਹੀ ਸਲਾਈ ਜਿ ਆਪਾਂ ਨੇ ਕੋਈ ਵੀ ਗੁੰਡਾ ਘਟਾਉਣਾ ਨਹੀਂ

ਆਪਣੀ ਉਲਟੀ ਸਲਾਈ ਪੈ ਕੇ ਹੋ ਗਈ ਜੀ ਕੰਪਲੀਟ ਹੁਣ ਆਪਾਂ ਆ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ 'ਚ ਫੇਰ ਆਪਾਂ ਨੇ ਉਸ ਤਰ੍ਹਾਂ ਹੀ ਬੁਣਨਾ ਉਲਟਾ ਹੀ ਹੈ 29 ਗੁੰਡੇ ਪਹਿਲਾਂ ਬੁਣ ਲੈਣੇ ਆਪਣੇ ਜਿੰਨੇ ਵੀ ਆਪਾਂ ਨੇ ਆਪਣੇ ਸਾਈਡ ਪਰ ਛੱਡੇ ਵੀ ਹੋਣਗੇ ਜਰਾਬ ਦੇ ਹਿਸਾਬ ਨਾਲ ਵੱਡੀ ਛੋਟੀ ਜਰਾਬ ਉਹਦੇ ਹੀ ਹਿਸਾਬ ਨਾਲ ਆਪਾਂ ਨੇ ਇਹ ਕਰਨੇ ਗੁੰਡੇ ਬਚਾ ਲੈ ਆਪਾਂ ਨੇ ਇਹਦੇ ਜ਼ਿਆਦਾ ਰੱਖਣੇ ਹੁੰਨੇ ਸਾਈਡਾਂ ਤੇ ਆਪਾਂ ਨੇ ਥੋੜੇ ਜਿ ਘੱਟ ਇਹ ਆਪਨੇ 29 ਗੁੰਡੇ ਬਣ ਹੋ ਗਏ ਹੁਣ ਆਪਾਂ ਇਹਨੂੰ ਮਾਰ ਕੇ ਇਹਨੂੰ ਆਪਾਂ ਵਿੱਚੋਂ ਕੱਢ ਦਨੇ ਆ ਅੱਗੇ ਆਪਾਂ ਫੇਰ ਜਿਹੜੇ 20 ਗੁੰਡੇ ਆ ਉਹਨਾਂ ਦੇ ਦੋ ਦੇ ਇੱਕ-ਇੱਕ ਬਣਾ ਦੰਨੇ ਰਹਿ ਜਾਣਗੇ 10 ਰੱਖਣਾ ਵੀ ਥੋੜੇ ਇਹਨਾਂ ਨੂੰ ਢਿੱਲੇ ਹੀ ਹੈ ਬਹੁਤੇ ਜ਼ਿਆਦਾ ਕਸਣਾ ਨਹੀਂ ਪਚਾੜ ਲਈ ਆਪਣੇ ਸਾਰੇ ਕੁੰਡੇ ਜਿਹੜੇ 2 ਦਾ ਇੱਕ ਇੱਕ ਬਣ ਗਿਆ 40 ਤੋਂ ਰਹਿ ਗਏ ਤੇ 20 20 ਤੋਂ ਹੁਣ ਰਹਿ ਗਏ ਆਪਣੇ 10 ਆ ਜਿਹੜਾ ਆਪਣਾ ਮਾਰ ਕੇ ਇਹ ਵੀ ਆਪਾਂ ਹਟਾ ਦਿੰਨੇ ਹੁਣ ਜਿਹੜੇ ਅਗਲੇ ਕੁੰਡੇ ਆਪਣੇ 29 ਉਹ ਵੀ ਆਪਾਂ ਬੁਣ ਲੰਨੇ ਆਹ ਸਲਾਈ ਵੀ ਆਪਾਂ ਨੇ ਬੁਣ ਲੈਣੀ ਤੇ ਦੂਜੀ ਉਲਟੀ ਵੀ ਬੰਨ ਲੈਣੀ ਉਹ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਆ ਇਹਨੂੰ ਬੰਦ ਕਿਵੇਂ ਕਰਨਾ ਆਪਾਂ ਨੇ ਆਹ ਉਲਟੀ ਸਲਾਈ ਵੀ ਆਪਣੀ ਹੋ ਗਈ ਪੂਰੀ ਹੁਣ ਆਪਾਂ ਆਗੇ ਸਿੱਧੀ ਸਲਾਈ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਨੂੰ ਆਪਾਂ ਨੇ ਬੰਦ ਕਿਵੇਂ ਕਰਨਾ ਹੈ ਜਿਹੜੀ ਆਪਣੀ ਆਹ ਚੈਨ ਉੱਪਰ ਦਿਖਦੀ ਇਹ ਇਸ ਤਰ੍ਹਾਂ ਬੰਦਨੀ ਚਾਹੀਦੀ ਹੈ ਜਦੋਂ ਆਪਾਂ ਨੇ ਇਹਨੂੰ ਬੰਦ ਕਰਨਾ ਹੈ ਸਿੱਧੀ ਚਲਾਈ ਤੇ ਆ ਗਏ ਆਪਾਂ ਸਿੱਧੇ ਪਾਸੇ ਤੋਂ ਬੰਦ ਕਰਨਾ ਇਹਨੂੰ ਇਹਨੂੰ ਇਸ ਤਰ੍ਹਾਂ ਨਹੀਂ ਬੰਦ ਕਰਨਾ ਉਲਟਾ ਇਹਨੂੰ ਕਰਨਾ ਸਿੱਧੇ ਤਰ੍ਹਾਂ ਸਿੱਧੇ ਵੀ ਮੂਰੇ ਤੋਂ ਨਹੀਂ ਕੱਢਣੇ ਪਿੱਛੇ ਤੋਂ ਇੱਕ ਤਰ੍ਹਾਂ ਪਿੱਛੇ ਤੋਂ ਦੋ ਗੁੰਡੇ ਲੈ ਕੇ ਮੁਰਕੇ ਫੇਰ ਇਹਦੇ ਵਿੱਚ ਪਾ ਲੈਣਾ ਪਿੱਛੇ ਤੋਂ ਹੀ ਦੋ ਗੁੰਡੇ ਲਈ ਜਾਣੇ ਹਰ ਵਾਰੀ ਇਸ ਤਰ੍ਹਾਂ ਹੀ ਵਿੱਚ ਪਾਈ ਜਾਣਾ ਇਹਨੂੰ ਇਸ ਤਰ੍ਹਾਂ ਢਿੱਲਾ ਢਿੱਲਾ ਜੀ ਆਪ ਸੰਗਰੀ ਜੀ ਬਣਦੀ ਜਾਣੀ ਹੈ ਉਂਟਾ ਇਹਦਾ ਬਹੁਤਾ ਖਿੱਚਣਾ ਨਹੀਂ ਬਹੁਤਾ ਜ਼ਿਆਦਾ ਢਿੱਲਾ ਨਹੀਂ ਛੱਡਣਾ ਤਰਾਈ ਦੀ ਆ ਚੈਨ ਜੀ ਬਣਦੀ ਜਾਊਗੀ ਆਏ ਪਿੱਛੇ ਤੋਂ ਵੀ ਗੁੰਡੇ ਦੋ ਲੈਣੇ ਆਏ ਗੁੰਡੇ ਨੂੰ ਆਏ ਚੜਾ ਲੈਣਾ ਇਹਦੇ ਤੇ ਫੇਰ ਇਹ ਦੋ ਗੁੰਡੇ ਲੈ ਲੇ ਫੇਰ ਇਹਨੂੰ ਇਸ ਤਰ੍ਹਾਂ इनू मैं कंप्लीट करके फिर तुम दस दी जी अपने सिलाई किमें करनी है सारे कुंडे अपने घट गए हुए ये ਅੱਗੇ ਜੇ ਆਪਾਂ ਇਸ ਤਰ੍ਹਾਂ ਇਹਦਾ ਧਾਗਾ ਖਿੱਚ ਕੇ ਥੋੜਾ ਜਿਹਾ ਧਾਗਾ ਆਪਾਂ ਇਹਦਾ ਨਾਲ ਛੱਡ ਲੂਗੇ ਸਿਲਾਈ ਕਰਨੇ ਵਾਸਤੇ ਹੁਣ ਆਪਾਂ ਇਹਦੀ ਇੱਥੋਂ ਸਿਲਾਈ ਸ਼ੁਰੂ ਕਰੂੰਗੇ ਇਥੋਂ ਕਰਕੇ ਇੱਥੇ ਤੱਕ ਲਿਖ ਜਾਉਗੇ ਇਹਦੀ ਸਲਾਈ ਆ ਜਿਹੜੀਆਂ ਆਪਣੇ ਦੂਏ ਕਲਰ ਦੀਆਂ ਪਾਆਂ ਆਪਾਂ ਨੇ ਧਾਰੀਆਂ ਇਹਨਾਂ ਨੂੰ ਆਪਾਂ ਨੇ ਇਸ ਤਰ੍ਹਾਂ ਨਾਲ ਮਿਲਾਉਣਾ ਚਲੋ ਜੀ ਹੁਣ ਆਪਾਂ ਕਰਦੇ ਆਂ ਜੀ ਸਲਾਈ ਸ਼ੁਰੂ ਸਲਾਈ ਇਹਦੀ ਆਪਾਂ ਕਰਨੀਆਂ ਸਿੱਧੇ ਪਾਸੇ ਤੋਂ ਤਾਂ ਹੀ ਆਪਾਂ ਨੂੰ ਪਤਾ ਲੱਗਣਾ ਵੀ ਆਹ ਜਿਹੜੀ ਹੈ ਇੱਕੋ ਜਿਹਾ ਕਲਰ ਦੀ ਹੁੰਦੀ ਐ ਇਹਨਾਂ ਨੂੰ ਨਾਲ ਮਲਾਉਣਾ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਟਾਂਕਾ ਭਰ ਕੇ ਅਫਤਨੂਏ ਨੂੰ ਪੂਰਾ ਚੰਗੀ ਤਰ੍ਹਾਂ ਨਾਲ ਮਿਲਾਉਣਾ ਆਪਾਂ ਨੇ ਜੇ ਫਿਰ ਇਹ ਅਗੜੀਆਂ ਦੁਗੜੀਆਂ ਹੋ ਜਾਣਗੀਆਂ ਫਿਰ ਇਹ ਵਧੀਆ ਨਹੀਂ ਲੱਗਣਗੀਆਂ ਤਾਂ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਉਣਾ ਹੈ ਸਲਾਹ ਇਹਦੀ ਆਪਾਂ ਸਿੱਧੇ ਪਾਸੇ ਤੋਂ ਹੀ ਕਰਨੀ ਹੈ ਉਲਟੇ ਪਾਸੇ ਤੋਂ ਆਪਾਂ ਨੂੰ ਇਹਦਾ ਪਤਾ ਨਹੀਂ ਲੱਗਣਾ ਇੱਧਰੋਂ ਸਲਾਈ ਆਪਣੀ ਇਹਦੀ ਹੋਊਗੀ। ਇਸ ਤਰ੍ਹਾਂ ਦੇਖੋ ਨਾਲ ਮਲਾਈਆਂ ਇਹਨਾਂ ਪੂਰੀਆਂ। ਹੁਣ ਆਪਾਂ ਕਰਨੀ ਹੈ ਇਹਦੀ ਇੱਧਰੋਂ ਆਹ ਸਲਾਈ। ਇਹ ਵੀ ਆਪਾਂ ਨੇ ਸਿੱਧੇ ਪਾਸੇ ਤੋਂ ਹੀ ਕਰਨੀ ਹੈ। ਇਸ ਤਰ੍ਹਾਂ ਜਿਹੜੀ ਜੰਜੀਰ ਬਣੀ ਹੋਈ ਹੈ ਇਹਦੇ ਚੋਂ ਇਧਰੋਂ ਕੁੰਡਾ ਲਈ ਜਾਣਾ ਇੱਕ ਇਧਰਲੀ ਜੰਜੀਰ ਚੋਂ ਲਈ ਜਾਣਾ ਆ ਜਿਹੜੀ ਆਪਣੀ ਆ ਜੰਜੀਰ ਬਣੀ ਹੋਈ ਦਿਖਦੀ ਹੈ ਘਟਾਏ ਤੇ ਜਿਹੜੇ ਆਪਾਂ ਕੁੰਡੇ ਇਹਨਾਂ ਨੂੰ ਆਪਾਂ ਨੇ ਇਸ ਤਰ੍ਹਾਂ ਲੈਣਾ ਹੁਣ ਆਪਾਂ ਆ ਗਏ ਇਹਦੇ ਸਿਰੇ ਤੇ ਸਿਰੇ ਤੇ ਆ ਕੇ ਇਸ ਤਰ੍ਹਾਂ ਕਰਕੇ ਅੰਦਰਲੇ ਪਾਸੇ ਆਪਾਂ ਨੇ ਸੂਈ ਨੂੰ ਲੈ ਜਾਣਾ ਰੂਟ ਆਪਣਾ ਬਣ ਕੇ ਹੋ ਗਿਆ ਜੀ ਤਿਆਰ ਆਪਾਂ ਨੂੰ ਜੇ ਇਹਨਾਂ ਦੀਆਂ ਸਲਾਈਆਂ ਦਾ ਨਹੀਂ ਜੀ ਪਤਾ ਲੱਗਦਾ ਕਈ ਵਾਰੀ ਉਹਨਾਂ ਮੋਟੀ ਹੁੰਦੀ ਹੈ ਬਰੀਕ ਹੁੰਦੀ ਹੈ ਜਿਵੇਂ ਕਿ ਮੇਰੇ ਕੋਲ ਜਿਹੜੀ ਹੁੰਦੀ ਮੈਂ ਉਹਦੇ ਵਿੱਚ ਪਾਈਆਂ ਤੁਹਾਨੂੰ ਦੱਸੀਆਂ ਮੈਂ 8 ਸਲਾਈਆਂ ਪਹਿਲਾਂ ਇਹ ਪਾਈਆਂ ਇੱਕ ਰੰਗ ਦੀਆਂ 2 4 6 8 10 11 11 ਸਲਾਈਆਂ ਮੈਂ ਇਹ ਦੋਨੇ ਤਰ੍ਹਾਂ ਦੀਆਂ ਪਾਈਆਂ ਦੋਨਾਂ ਰੰਗਾਂ ਦੀਆਂ 6 ਗ੍ਰੀਨ ਕਲਰ ਦੀਆਂ ਤੇ 5 ਵਾਈਟ ਕਲਰ ਦੀਆਂ ਇੱਕ ਪਾਸੇ ਨੂੰ ਜੇ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਤਾਂ ਆਪਾਂ ਨੇ ਇਹਨੂੰ ਨਾਪ ਕੇ ਦੇਖ ਲੈਣਾ ਇਹ ਦੋ ਸਲਾਈਆਂ ਛੱਡ ਕੇ ਜਿਹੜੀਆਂ ਆਪਾਂ ਨੇ ਬਾਅਦ ਵਿੱਚ ਘਟਾਉਣੇ ਆ ਇਹਨਾਂ ਨੂੰ ਛੱਡ ਕੇ ਇੱਥੋਂ ਰੱਖ ਕੇ ਮਿਲ ਲੈਣਾ ਆਪਾਂ ਨੇ ਇਹ ਆਪਣਾ 4 ਇੰਚ ਦਾ ਬਣਦਾ ਏ 4 ਇੰਚ ਤੋਂ ਵੀ ਥੋੜਾ ਜਿਹਾ ਘੱਟ ਇਹਨਾਂ ਆਪਾਂ ਨੇ ਇਹਾ 1.5 ਇੰਚ ਦਾ ਪਾਉਣਾ ਥੱਲੇ ਜਿਹੜਾ ਰੰਗ ਪਾਉਣਾ ਉਹ ਤੋਂ ਬਾਅਦ ਆਪਾਂ ਨੇ ਫਿਰ ਇਹ 2 ਇੰਚ ਦਾ ਜਿਹੜਾ ਇਹ ਆਪਣਾ ਪੂਰਾ ਬੂਟ ਆ 4 ਇੰਚ ਦਾ ਬਣ ਗਿਆ ਇਹਨੂੰ ਆਪਣਾ ਉਹਦੇ ਪੈਰ ਦੇ ਹਿਸਾਬ ਨਾਲ ਆਪਾਂ ਥੋੜਾ ਜਿਹਾ ਵਧਾ ਘਟਾ ਵੀ ਸਕਦੇ ਆ ਸਲਾਈਆਂ ਇੱਕ ਦੋ ਵੱਧ ਘਟਾ ਪਾ ਸਕਦੇ ਆ ਛੋਟੀਆਂ-ਛੋਟੀਆਂ ਉੰਨਾ ਜਿਹੜੀਆਂ ਬਚੀਆਂ ਪੰਜਾਂ ਉਹਨਾਂ ਤੋਂ ਇਹੀ ਬਣ ਕੇ ਤਿਆਰ ਹੋ ਜਾਂਦੇ ਥੋੜੀ ਜੀ ਉਨ ਲੱਗਦੀ ਹੈ ਇਹਨਾਂ ਨੂੰ ਬਿਲਕੁਲ ਬਹੁਤ ਜ਼ਿਆਦਾ ਉਨ ਨਹੀਂ ਲੱਗਦੀ ਚਲੋ ਜੀ ਆਪਾਂ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ 'ਚ ਜਦ ਤੱਕ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ